ਗੁਰੂ ਨਾਨਕ ਸਾਹਿਬ ਦੇ ਮਾਸੀ ਦੇ ਪੁੱਤਰ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਜਿਹੜਾ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਹੜੇ ਇਸ ਟਾਈਮ ਗੱਡੀ ਦੇ ਬਾਬਾ ਜੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਇੱਕ ਇਤਿਹਾਸ ਬਾਰੇ ਤੇ ਤੁਸੀਂ ਸਾਰਾ ਚਾਨਣ ਪਾ ਦਿਓ। ਬਾਬਾ ਲਾਲ ਜੀ ਦਾ ਜੋ ਹੈ 11 ਫਰਵਰੀ ਜਨਮ ਉਤਸਵ ਹੈ, ਔਰ ਜਨਮ ਉਤਸਵ ਤੇ ਉਹਨਾਂ ਦਾ ਬਹੁਤ ਬੜਾ ਫੰਕਸ਼ਨ ਮਨਾਇਆ ਜਾਂਦਾ ਹੈ। ਬਾਕੀ ਹੈ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਜੈ ਸ਼੍ਰੀ ਬਾਬਾ ਦਾਦੀ ਸਾਹਿਬ। ਗੁਰੂ ਨਾਨਕ ਸਾਹਿਬ ਦੇ ਮਾਸੀ ਦੇ ਪੁੱਤਰ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਜਿਹੜਾ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਹੜੇ ਇਸ ਟਾਈਮ ਗੱਡੀ ਦੇ ਬਾਬਾ ਜੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਇੱਕ ਇਤਿਹਾਸ ਬਾਰੇ ਤੇ ਤੁਸੀਂ ਸਾਰਾ ਚਾਨਣ ਪਾ ਦਿਓ। ਬਾਬਾ ਲਾਲ ਜੀ ਦਾ ਜੋ ਹੈ 11 ਫਰਵਰੀ ਜਨਮ ਉਤਸਵ ਹੈ, ਔਰ ਜਨਮ ਉਤਸਵ ਤੇ ਉਹਨਾਂ ਦਾ ਬਹੁਤ ਬੜਾ ਫੰਕਸ਼ਨ ਮਨਾਇਆ ਜਾਂਦਾ ਹੈ। ਬਾਕੀ ਹੈ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਜੈ ਸ਼੍ਰੀ ਬਾਬਾ ਦਾਦੀ ਸਾਹਿਬ। ਗੁਰੂ ਨਾਨਕ ਸਾਹਿਬ ਦੇ ਮਾਸੀ ਦੇ ਪੁੱਤਰ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਜਿਹੜਾ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਹੜੇ ਇਸ ਟਾਈਮ ਗੱਡੀ ਦੇ ਬਾਬਾ ਜੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਇੱਕ ਇਤਿਹਾਸ ਬਾਰੇ ਤੇ ਤੁਸੀਂ ਸਾਰਾ ਚਾਨਣ ਪਾ ਦਿਓ। ਬਾਬਾ ਲਾਲ ਜੀ ਦਾ ਜੋ ਹੈ 11 ਫਰਵਰੀ ਜਨਮ ਉਤਸਵ ਹੈ, ਔਰ ਜਨਮ ਉਤਸਵ ਤੇ ਉਹਨਾਂ ਦਾ ਬਹੁਤ ਬੜਾ ਫੰਕਸ਼ਨ ਮਨਾਇਆ ਜਾਂਦਾ ਹੈ। ਬਾਕੀ ਹੈ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਜੈ ਸ਼੍ਰੀ ਬਾਬਾ ਦਾਦੀ ਸਾਹਿਬ। ਗੁਰੂ ਨਾਨਕ ਸਾਹਿਬ ਦੇ ਮਾਸੀ ਦੇ ਪੁੱਤਰ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਜਿਹੜਾ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਹੜੇ ਇਸ ਟਾਈਮ ਗੱਡੀ ਦੇ ਬਾਬਾ ਜੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਇੱਕ ਇਤਿਹਾਸ ਬਾਰੇ ਤੇ ਤੁਸੀਂ ਸਾਰਾ ਚਾਨਣ ਪਾ ਦਿਓ। ਬਾਬਾ ਲਾਲ ਜੀ ਦਾ ਜੋ ਹੈ 11 ਫਰਵਰੀ ਜਨਮ ਉਤਸਵ ਹੈ, ਔਰ ਜਨਮ ਉਤਸਵ ਤੇ ਉਹਨਾਂ ਦਾ ਬਹੁਤ ਬੜਾ ਫੰਕਸ਼ਨ ਮਨਾਇਆ ਜਾਂਦਾ ਹੈ। ਬਾਕੀ ਹੈ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਜੈ ਸ਼੍ਰੀ ਬਾਬਾ ਦਾਦੀ ਸਾਹਿਬ। ਗੁਰੂ ਨਾਨਕ ਸਾਹਿਬ ਦੇ ਮਾਸੀ ਦੇ ਪੁੱਤਰ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਜਿਹੜਾ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਹੜੇ ਇਸ ਟਾਈਮ ਗੱਡੀ ਦੇ ਬਾਬਾ ਜੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਇੱਕ ਇਤਿਹਾਸ ਬਾਰੇ ਤੇ ਤੁਸੀਂ ਸਾਰਾ ਚਾਨਣ ਪਾ ਦਿਓ। ਬਾਬਾ ਲਾਲ ਜੀ ਦਾ ਜੋ ਹੈ 11 ਫਰਵਰੀ ਜਨਮ ਉਤਸਵ ਹੈ, ਔਰ ਜਨਮ ਉਤਸਵ ਤੇ ਉਹਨਾਂ ਦਾ ਬਹੁਤ ਬੜਾ ਫੰਕਸ਼ਨ ਮਨਾਇਆ ਜਾਂਦਾ ਹੈ। ਬਾਕੀ ਹੈ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਜੈ ਸ਼੍ਰੀ ਬਾਬਾ ਦਾਦੀ ਸਾਹਿਬ। ਗੁਰੂ ਨਾਨਕ ਸਾਹਿਬ ਦੇ ਮਾਸੀ ਦੇ ਪੁੱਤਰ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਜਿਹੜਾ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਹੜੇ ਇਸ ਟਾਈਮ ਗੱਡੀ ਦੇ ਬਾਬਾ ਜੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਇੱਕ ਇਤਿਹਾਸ ਬਾਰੇ ਤੇ ਤੁਸੀਂ ਸਾਰਾ ਚਾਨਣ ਪਾ ਦਿਓ। ਬਾਬਾ ਲਾਲ ਜੀ ਦਾ ਜੋ ਹੈ 11 ਫਰਵਰੀ ਜਨਮ ਉਤਸਵ ਹੈ, ਔਰ ਜਨਮ ਉਤਸਵ ਤੇ ਉਹਨਾਂ ਦਾ ਬਹੁਤ ਬੜਾ ਫੰਕਸ਼ਨ ਮਨਾਇਆ ਜਾਂਦਾ ਹੈ। ਬਾਕੀ ਹੈ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਜੈ ਸ਼੍ਰੀ ਬਾਬਾ ਦਾਦੀ ਸਾਹਿਬ।